ਰਵਾਇਤੀ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਮੋਗਾ ਦੇ ਪਿੰਡ ਦੇ ਇੱਕ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਪਾਣੀ ਦੀ ਘੱਟ ਤੋਂ ਘੱਟ 40% ਤੱਕ ਬਚਤ ਕੀਤੀ ਹੈ। ਕਿਸਾਨ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਤਕਨੀਕ ਦੇ ਨਾਲ ਝੋਨੇ ਦਾ ਲਾਗਤ ਮੁੱਲ ਘਟਣ ਦੇ ਨਾਲ ਨਾਲ ਪੈਦਾਵਾਰ ਵੀ ਵੱਧਦੀ ਹੈ। ਡਿਪਟੀ ਕਮਿਸ਼ਨਰ ਮੋਗਾ ਨੇ ਅੱਜ ਬਲਦੇਵ ਸਿੰਘ ਕਿਸਾਨ ਦੇ ਖੇਤਾਂ ਦਾ ਦੌਰਾ ਕੀਤਾ ਤੇ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਦਾ ਜਾਇਜ਼ਾ ਵੀ ਲਿਆ ਤੇ ਬਲਦੇਵ ਸਿੰਘ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਵੀ ਕੀਤੀ ਤੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ। ਦੇਖੋ, ਪਾਣੀ ਜਿਹੜਾ ਹੈ, ਪਾਣੀ ਦਾ ਪੱਧਰ ਜ਼ਮੀਨ ਵਿੱਚ ਬਹੁਤ ਛੇਤੀ ਨਾਲ ਨੀਵਾਂ ਜਾਈ ਜਾ ਰਿਹਾ ਹੈ। ਤਾਂ ਭਾਰਤ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈ ਕਿ ਪਾਣੀ ਜਿੰਨਾ ਛੇ ਆਪਾਂ ਬਚਾ ਸਕੀਏ ਉਨਾ ਹੀ ਬਿਹਤਰ ਹੈ ਆਉਣ ਵਾਲੇ ਸਮੇਂ ਲਈ, ਆਉਣ ਵਾਲੇ ਪੀੜ੍ਹੀਆਂ ਲਈ। ਆਪਾਂ ਜਿਹੜਾ ਗਰਾਊਂਡ ਵਾਟਰ ਨੂੰ ਬਚਾਈਏ, ਇਹਦੀ ਜਿਹੜੀ ਹੈ ਇਹਦੀ ਯੂਜੇਜ ਦੀ ਜਿਹੜੀ ਹੈ ਇਹਨੂੰ ਘਟਾਈਏ। ਸੋ ਮੇਨਲੀ ਕਿਉਂਕਿ ਆਪਣੇ ਝੋਨੇ ਦੀ ਜਿਹੜੀ ਫਸਲ ਹੈ ਉਹ ਪਾਣੀ ਬਹੁਤ ਖਾਂਦੀ ਹੈ। ਅਤੇ ਅੱਜ ਇੱਥੇ ਰੌਲੀ ਪਿੰਡ 'ਚ ਸਰਦਾਰ ਤਲਵੰਡੀ ਪੰਗੇਰੀਆਂ ਸਰਦਾਰ ਬਲਦੇਵ ਸਿੰਘ ਜਿਹੜੇ ਕਿ ਪ੍ਰੋਗਰੈਸਿਵ ਫਾਰਮਰ ਨੇ ਅਤੇ ਇਹ ਜਿਹੜਾ ਇੱਕ ਡਾਇਰੈਕਟ ਸੋਇੰਗ ਕਰਦੇ ਹੈਗੇ ਝੋਨੇ ਦੀ, ਅਤੇ ਉਹਦੇ ਵਿੱਚ ਪਾਣੀ ਦੀ ਤਾਂ ਬੱਚਤ ਹੈ ਹੀ ਹੈ ਅਤੇ ਜਿਹੜੀ ਪ੍ਰੋਡਿਊਸ ਵੀ ਹੈ ਉਹ ਵੀ ਬਹੁਤ ਵਧੀਆ ਹੈ, ਕੁਆਲਿਟੀ ਪ੍ਰੋਡਿਊਸ ਹੈ। ਔਰ ਇਹਦਾ ਜਿਹੜਾ ਝਾੜ ਵੀ ਜਿੰਨਾ ਕੁ ਆਪਾਂ ਕਨਵੈਨਸ਼ਨਲ ਜਿਸ ਢੰਗ ਨਾਲ ਆਪਾਂ ਇਹਦੀ ਝੋਨੇ ਦੀ ਬਿਜਾਈ ਕਰਦੇ ਹੈਗੇ ਪਡਲ ਸੋਇੰਗ, ਉਹਦੇ ਮੁਤਾਬਕ ਜਿਹੜੀ ਹੈ ਬਿਲਕੁਲ ਸਹੀ ਹੈ। ਪਾਣੀ ਵਾਲਾ ਯੰਤਰ ਪਿਛਲੇ ਦਿਨ ਸਾਡੇ ਕੋਲ ਦੋ ਆਏ ਸੀ ਪਾਣੀ ਮਾਪਣ ਵਾਲੇ ਯੰਤਰ। ਇੱਕ ਅਸੀਂ ਇਹ ਮੰਨ ਲਓ ਸਿੱਧੀ ਬਿਜਾਈ 'ਤੇ ਲਾਇਆ, ਇੱਕ ਅਸੀਂ ਕੱਦੂ ਵਾਲੀ 6 ਕਿੱਲਿਆਂ 'ਤੇ ਲਾਇਆ, ਇੱਕ ਸਿੱਧੀ ਬਿਜਾਈ 6 ਕਿੱਲੇ ਆ, 2 ਮੋਟਰਾਂ ਅਲੱਗ ਅਲੱਗ ਆ, ਦੋਨਾਂ 'ਤੇ ਅਸੀਂ ਲਾਇਆ ਵੀ ਕੱਦੂ ਵਾਲੇ ਨੂੰ ਕਿੰਨਾ ਪਾਣੀ ਲੱਗੇਗਾ ਅਤੇ ਸਿੱਧੀ ਬਿਜਾਈ ਨੂੰ ਕਿੰਨਾ ਪਾਣੀ ਲੱਗੇਗਾ, ਕਿੰਨੀ ਔਸਤ ਹੈ ਇਹਦੀ ਪਾਣੀ ਦੀ, ਕਿੰਨਾ ਬੱਚਤ ਹੁੰਦਾ, ਇਹਦਾ ਪੂਰਾ ਪ੍ਰੈਕਟੀਕਲ ਹੋ ਜੂਗਾ ਵੀ ਇੰਨਾ ਬੱਚਤ ਆ ਪਾਣੀ ਦਾ। ਜਿਹੜੀ ਝੋਨੇ ਦੀ ਸਿੱਧੀ ਬਿਜਾਈ ਅਸੀਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ, 2008 ਤੋਂ ਐਰਕੀ 26 ਏਕੜ ਆ ਝੋਨੇ ਦੀ ਸਿੱਧੀ ਬਿਜਾਈ, ਅਤੇ ਪਾਣੀ ਦੀ ਕਾਫੀ ਬੱਚਤ ਹੈ। ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਉਪਰਾਲਾ ਮੰਨ ਲਓ, ਜਿਹੜੇ ਸਾਨੂੰ ਯੰਤਰ ਆਏ ਆ ਉਹਦਾ ਕਰਕੇ ਅਸੀਂ ਲਾਇਆ। ਅਤੇ ਦੂਸਰਾ ਸਾਡਾ ਮੀਟਰ ਵੀ ਲੱਗਾ, ਬਿਜਲੀ ਵਾਲਾ ਮੀਟਰ ਵੀ, ਉਹਦੀ ਵੀ ਰੀਡਿੰਗ ਲਈ ਜਾਊਗੀ ਵੀ ਕਿੰਨੀ ਬਿਜਲੀ ਦੀ ਬੱਚਤ ਹੋਈ। ਖੈਰ, ਸਿੱਧੀ ਬਿਜਾਈ ਵਾਲੀ ਤਕਨੀਕ ਦੇ ਨਾਲ ਧਰਤੀ ਦੇ ਹੇਠਾਂ ਘੱਟ ਰਹੇ ਪਾਣੀ ਨੂੰ ਕਿਸੇ ਹੱਦ ਤੱਕ ਬਚਾਇਆ ਜਾ ਸਕਦਾ ਹੈ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9552563563।